ਜੀ ਆਪ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਨਮਸਕਾਰ। ਅੱਜ ਕੋਟਕਪੁਰਾ ਦੇ ਮੇਨ ਪੱਤੀਆਂ ਵਾਲੇ ਚੌਂਕ ਵਿਖੇ ਅੱਜ 12 ਇੱਕ ਵਜੇ ਦੇ ਦਰਮਿਆਨ ਇੱਥੇ ਜੋ ਲਖੀਮਪੁਰ ਜੀ ਵਿੱਚ ਜੋ ਕਿਸਾਨ ਸ਼ਹੀਦ ਹੋਏ ਸੀਗੇ ਉਹਨਾਂ ਦੀਆਂ ਅਸਤੀਆਂ ਇੱਥੇ ਪਹੁੰਚੀਆਂ ਸੀਗੀਆਂ। ਇਸ ਤੋਂ ਬਾਅਦ ਹੁਣ ਫਰੀਦਕੋਟ ਲਈ ਰਵਾਨਾ ਹੋ ਚੁੱਕੀਆਂ ਨੇ ਤੇ ਸ਼ਾਮ 4-5 ਦੇ ਦਰਮਿਆਨ ਜਿਹੜਾ ਹੈਗਾ ਫਿਰੋਜ਼ਪੁਰ ਹਸਨੀ ਵਾਲਾ ਬਾਰਡਰ ਵਿਖੇ ਪਹੁੰਚਣਗੀਆਂ। ਇਸ ਦੌਰਾਨ ਸਾਡੀ ਕੀ ਕੀ ਗੱਲਬਾਤ ਹੋਈ ਹੈ ਕਿ ਕਿਹੜੇ ਕਿਹੜੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨਾਲ ਜਿਹੜੀਆਂ ਵੱਖ ਵੱਖ ਜਿਹੜੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਦੇ ਜਿਹੜੀਆਂ ਇੱਥੇ ਇਕੱਠੀਆਂ ਹੋਈਆਂ ਸੀ ਉਹ ਉਹਨਾਂ ਦੀ ਜੋ ਗੱਲਬਾਤ ਵੀ ਜਿਹੜੀ ਅੱਗੇ ਪੇਸ਼ ਆ। ਅੱਜ ਕੋਟਕਪੁਰਾ ਦੇ ਜੋ ਪੱਤੀ ਵਾਲੇ ਚੌਂਕ ਵਿੱਚ ਕਿਸਾਨ ਜਿਹੜੇ ਸ਼ਹੀਦ ਹੋਏ ਸੀ ਲਖੀਮਪੁਰ ਜੀਰੀ ਵਿਖੇ ਉਹਨਾਂ ਦੀਆਂ ਅਸਤੀਆਂ ਇੱਥੇ ਕੋਟਕਪੁਰਾ ਦੇ ਪੱਤੀ ਵਾਲੇ ਚੌਂਕ ਵਿੱਚ ਪਹੁੰਚੀਆਂ ਸੀਗੀਆਂ 12-1:30 ਵਜੇ ਦੇ ਦਰਮਿਆਨ। ਇੱਥੇ ਅੱਜ ਮੌਜੂਦ ਨੇ ਸਾਡੇ ਭਾਰਤੀ ਕਿਸਾਨ ਯੂਨੀਅਨ ਏਕਤਾ ਫਤਿਹ ਗਰੁੱਪ ਦੇ ਜਿਹੜਾ ਪ੍ਰਧਾਨ ਜੀ, ਇਹਨਾਂ ਦੇ ਵਿਚਾਰ ਲੈਂਦੇ ਆਪਾਂ ਵੀ ਇਹਨਾਂ ਦਾ ਕੀ ਕਹਿਣਾ। ਸਰ ਕੀ ਕਹਿਣਾ ਅੱਜ ਦਾ ਜਿਹੜਾ ਹੈਗਾ ਇੱਥੇ ਤੁਸੀਂ ਕੋਟਕਪੁਰਾ ਦੇ ਬੱਤੀਆਂ ਵਾਲੇ ਚੌਂਕ ਵਿੱਚ ਇਕੱਠੇ ਹੋਏ? ਅੱਜ ਦਾ ਇਹ ਪ੍ਰੋਗਰਾਮ ਜੋ ਲਖੀਮਪੁਰ ਜੀ ਦੇ ਵਿੱਚ ਭਾਜਪਾ ਦੇ ਗੁੱਟਿਆਂ ਵੱਲੋਂ ਕਿਸਾਨਾਂ ਨੂੰ ਸਤਰ ਕਰ ਦਿੱਤਾ ਗਿਆ ਗੱਡੀ ਚੜ੍ਹਾ ਕੇ, ਉਹਨਾਂ ਦੇ ਸੰਬੰਧ ਵਿੱਚ ਜੋ ਉਹਨਾਂ ਦੇ ਆਸਤੀ ਉਹ ਸੈਂਡੀ ਵਾਲਾ ਅੱਜ ਜਥੇਬੰਦੀਆਂ ਲੈ ਕੇ ਜਾ ਰਹੀ ਹੈ। ਜਥੇਬੰਦੀਆਂ ਵੱਲੋਂ ਅਕਾਲ ਸਿੰਘ ਦੇ ਸੰਬੰਧ ਵਿੱਚ ਅੱਜ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ, ਉਹਨਾਂ ਦੇ ਅੰਤਿਮ ਦਰਸ਼ਨ ਕਰਨ ਲਈ ਤਤਪਰਤਾ ਹੋਈ ਸੀ ਸਤਿਨਾਮ ਦੇ ਚਾਹੁੰਦੇ। ਇਹਦੇ ਨਾਲ ਸਾਡੇ ਹੋਰ ਵੀ ਜਿਹੜੇ ਹੈਗੇ ਸੁਭਾਅ ਤੋਂ ਜਿਹੜੇ ਅਮਰ ਨਾਨਕ ਸਿੰਘ ਜੀ ਨਾਲ ਸਾਡੇ ਮੌਜੂਦ ਨੇ ਇੱਥੇ, ਉਹਨਾਂ ਨਾਲ ਵੀ ਗੱਲਬਾਤ ਕਰਦੇ ਨੇ ਅਸੀਂ। ਸਰ ਕੀ ਕਹਿਣਾ ਅੱਜ ਦਾ ਜੀ ਕਿਵੇਂ ਦੇਖਦੇ ਹੋ ਜਿਹੜਾ ਹੈਗਾ ਇੱਥੇ ਅਸਤੀਆਂ ਜਿਹੜੀਆਂ ਇੱਥੇ ਪਹੁੰਚੇ ਸੀ ਅਤੇ ਇਸ ਤੋਂ ਬਾਅਦ ਹੁਣ ਜਿਹੜਾ ਹੈਗਾ ਕੀ ਕਰ ਰਹੇ जे तुसी एक्सप्रेस एंट्री दे विच या PNP दे थ्रू या LMIA दे थ्रू या जॉब ऑफर दे थ्रू जाके पक्के तौर ते सेटल होना चाहते हो या तुसी स्टूडेंट वीज़ा ते कैनेडा या ऑस्ट्रेलिया स्कॉलरशिप दे नाल घट फीस ते तुहाडे एजुकेशन च गैप है ते तुसी पढ़ के जे सेटल होने का सपना पूरा करना चाहते हो तुसी हेठ लिखे नंबरों ते कॉल कर सकते हो। खबर की ताज़ा अपडेट के लिए साड़े YouTube चैनल नूं सब्सक्राइब करो, Facebook चैनल नूं लाइक अते शेयर करो।